ਕੀ ਹੁੰਦਾ ਫਿਰ ਪਿੰਡ ਵਾਲਿਆਂ ਨੂੰ? ਤੇਰੇ ਡੈਡੀ ਸਰਵਿਸ ਕਰਦੇ ਨੇ? ਨਾ ਜੀ, ਉਹ ਤਾਂ ਕਦੇ ਵਾਲੀਬਾਲ ਹੀ ਨਹੀਂ ਖੇਡੇ, ਸਰਵਿਸ ਕਿੱਥੋਂ ਕਰਨਗੇ ਜੀ? ਉਹ ਸਰਵਿਸ ਦੀ ਗੱਲ ਨਹੀਂ, ਮੈਂ ਤੇ ਗਵਰਨਮੈਂਟ ਜੌਬ ਦੀ ਗੱਲ ਕਰ ਰਹੀ ਸੀ। ਇੱਕ ਤਾਂ ਇੰਨੀ ਭਕਾਈ ਮਾਰਦੇ ਨਾ, ਐਡੀ ਉਮਰ ਹੋ ਗਈ ਇਸ ਮੁੰਡੇ ਦੀ, ਹਾਲੇ ਤੱਕ ਇਹਨੂੰ ਅਕਲ ਹੀ ਨਹੀਂ ਆਈ। ਨਹੀਂ, ਐਡੀ ਕਿੰਨੀ ਕੁ ਉਮਰ ਹੋ ਗਈ ਜੀ, ਆਪਾਂ ਹਾਣ ਪਰਵਾਣੀ ਹੈ ਜੀ ਆਪਣਾ। ਮੈਨੂੰ ਲੱਗਦਾ ਨਾ, ਮੇਰਾ ਮਤਲਬ ਮੈਂ ਇੱਕ ਦੋ ਸਾਲ ਹੀ ਵੱਡਾ ਹੋਊਂਗਾ ਜੀ ਤੁਹਾਡੇ ਤੋਂ। ਇੱਧਰ ਪੁੱਛੀ ਗੱਲ, ਇੱਧਰ। ਮੈਨੂੰ ਲੱਗਦਾ ਜੇ ਤੂੰ ਮੈਨੂੰ ਜਾਣਦਾ ਨਹੀਂ। ਮੈਂ ਕੀ ਜਾਣਦਾ ਜੀ ਤੁਹਾਨੂੰ? ਮੇਰਾ ਮਤਲਬ ਮੈਂ ਜਾਣਦਾ ਜੀ ਤੁਹਾਡਾ ਨਾਂ ਸੋਨੀ ਸਿੱਧੂ ਹੈ ਜੀ, ਅੰਮ੍ਰਿਤਸਰ ਤੋਂ ਆਉਂਦੇ ਹੋ ਜੀ, ਡਰਾਇੰਗ ਵਾਲੇ ਮਾਸਟਰ ਨਾਲ ਤੁਹਾਡੀ। ਹਾਂ, ਪਤਾ ਨਹੀਂ ਸਵੇਰ ਸਵੇਰ ਘਰੋਂ ਕੀ ਖਾ ਕੇ ਆਉਂਦਾ। ਉਹੀ ਖਾ ਕੇ ਆਉਂਦੇ ਜਿਹੜਾ ਤੁਸੀਂ ਇੱਥੇ ਕਮਾਉਂਦੇ ਹੋ ਰੋਜ਼। ਇੱਥੇ ਕੀ ਖਾਣਾ ਤੂੰ? ਜੁੱਤੀਆਂ ਹੀ ਖਾਣਾ ਜੀ, ਹੋਰ ਕਿਹੜਾ ਪਨੀਰ ਦੇ ਪਰੌਂਠੇ ਖਵਾਉਂਦੇ ਹੋ ਉੱਥੇ? ਚੱਲ ਕੋਈ ਗੱਲ ਕਰੀਏ। ਮੈਂ ਕਹਿੰਦਾ ਅੱਜ ਆਪਾਂ ਗੱਲਾਂ ਘੱਟ ਕਰੀਏ, ਸਲਾਹ ਨਾ ਕਰ ਲਈਏ ਕੁਛ। ਕੀ ਸਲਾਹ ਕਰਨੀ ਮੇਰੇ ਨਾਲ? ਮਤਲਬ ਇਹੀ ਕਰਨੀ ਹੈ ਜੀ ਵੀ ਇਹ ਪੜ੍ਹਾਈ ਕਿੰਨੇ ਕੁ ਚਿਰ ਦਾ ਕੰਮ ਹੈ ਜੀ, ਕਦੋਂ ਕੁ ਤੱਕ ਆ ਜਾਂਦੀ ਹੈ ਬੰਦੇ ਨੂੰ ਜੀ? ਇਹੋ ਹੀ ਕੋਈ 2-3 ਮਹੀਨੇ ਚ। ਮੈਨੂੰ ਤਾਂ ਲੱਗਦਾ ਜੀ 10-12 ਸਾਲਾਂ ਦਾ ਕੰਮ ਹੈ ਜੀ ਇਹ। ਨਾ ਤੇਰੇ ਵਰਗੇ ਨਿਕੰਮੇ ਨੂੰ ਨਾ 10-12 ਸਾਲ ਤੋਂ ਵੱਧ ਲੱਗ ਜਾਂਦੇ ਨੇ। ਆ ਛੇਤੀ ਕਰ, ਹਿਸਾਬ ਦੀ ਕਿਤਾਬ ਖੋਲ, ਛੇਤੀ ਕਰ ਛੇਤੀ। ਮੈਂ ਕਦੇ ਹਿਸਾਬ ਕਿਤਾਬ ਚ ਪਿਆ ਨਹੀਂ ਜੀ, ਛੱਡੋ ਪਰੇ। ਇਹ ਦੱਸ, ਇੱਕ ਮੁਰਗੀ ਇੱਕ ਦਿਨ ਚ 2 ਅੰਡੇ ਦਿੰਦੀ ਹੈ? ਮੈਨੂੰ ਕੀ ਪਤਾ ਜੀ, ਫਿਰ ਮੁਰਗੀ ਨਾਲ ਗੱਲ ਕਰੋ, ਮੇਰਾ ਕੀ ਕਸੂਰ ਹੈ ਜੀ ਇਹਦੇ ਚ? ਮੇਰੇ ਸਵਾਲ ਦਾ ਜਵਾਬ ਦੇ ਦੇ। ਇੱਕ ਮੁਰਗੀ ਇੱਕ ਦਿਨ ਚ 2 ਅੰਡੇ ਦਿੰਦੀ ਹੈ? ਬਸ 2 ਹੀ ਦਿੰਦੀ ਹੈ ਜੀ। ਤੈਨੂੰ ਕਿੰਨੇ ਚਾਹੀਦੇ ਨੇ? 2 ਵੀ ਬਹੁਤ ਨੇ ਜੀ, ਵੈਸੇ ਕੰਮ ਔਖਾ ਹੈ ਅੰਡੇ ਦੇਣ ਵਾਲਾ ਕੰਮ। ਹਾਂਜੀ, ਨਾ ਇਹ ਔਖਾ ਕੀ ਹੈ ਵੀ? ਆਪਾਂ ਆਪਣੇ ਤੇ ਲਾ ਕੇ ਦੇਖੀਏ ਜੀ ਹੁਣ ਫਿਰ। ਇਹ ਗੱਲ ਦੀ ਨਾ ਮੈਨੂੰ ਸਮਝ ਨਹੀਂ ਆਉਂਦੀ। ਮੈਨੂੰ ਸਾਰੀਆਂ ਦੇ ਨਹੀਂ ਆਉਂਦੀ ਜੀ। ਕਰਨ ਕੀ ਆਉਂਦਾ ਇੱਥੇ ਤੂੰ? ਮੈਂ ਤਾਂ ਜੀ ਬਸ ਟਾਈਮ ਪਾਸ ਕਰ ਲੈਣਾ ਜੀ, ਤੁਹਾਡੇ ਨਾਲ ਵਧੀਆ ਹੋ ਜਾਂਦਾ ਜੀ। ਨਾ ਰੋ ਜੀ, ਰੋਣਾ ਜੀ। ਹੱਥ ਮਰ ਗਿਆ, ਮੈਨੂੰ ਤਾਂ ਹੱਥ ਲੈ ਦਿੰਦਾ। ਮੈਂ ਤਾਂ ਉਹ ਡਰਾਇੰਗ ਵਾਲੇ ਮਾਸਟਰ ਨਾ ਤੁਹਾਡੀ ਤਾਰੀਫ ਕਰਦੇ ਸੀਗੇ ਜੀ ਵੀ ਮੈਡਮ ਇੰਨੀ ਸੋਹਣੀ ਆ, ਹੱਥ ਲਾਇਆ ਮੈਲੀ ਹੋ ਜਾਂਦੀ ਹੈ। ਹਾਂ ਸੱਚੀ ਮੇਰੀ ਉਂਗਲ ਮੈਲੀ ਹੋ ਗਈ। ਜਾਣਿਆ ਮੈਂ ਤੈਨੂੰ ਇਹ ਪੁੱਛਣਾ ਸੀ ਤੂੰ ਕੱਲ ਕਿਉਂ ਨਹੀਂ ਆਇਆ? ਮੈਨੂੰ ਤਾਂ ਲੱਗਦਾ ਮੈਂ ਆਇਆ ਜੀ, ਮੈਨੂੰ ਲੱਗਦਾ ਤੁਸੀਂ ਸੋਚ ਕੇ ਦੇਖੋ ਜੀ। ਤੁਹਾਨੂੰ ਇਹ ਦੱਸ ਕੱਲ ਕਿਉਂ ਨਹੀਂ ਆਇਆ? ਉਹ ਮੈਡਮ ਜੀ ਫਿਰ ਦੱਸਦਾ ਜੀ, ਸੱਚੀ ਦੱਸਦਾ ਜੀ। ਛੇਤੀ ਦੱਸ, ਛੇਤੀ ਦੱਸ। ਮੈਂ ਖੜਾ ਹੋ ਕੇ ਦੱਸਦਾ ਜੀ। ਖੜਾ ਹੋ ਕੇ ਦੱਸ, ਚੱਲ 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 ਚੱਲ। ਕੁੱਟਦੇ ਤਾਂ ਨਹੀਂ ਹੈਗੇ ਜੀ? ਨਹੀਂ ਕੁੱਟਦੀ, ਨਹੀਂ ਕੁੱਟਦੀ। ਕੱਲ ਨਾ ਜੀ ਮੈਂ ਆਪਣੀ ਗਰਲਫ੍ਰੈਂਡ ਨੂੰ ਮਿਲਣ ਗਿਆ ਸੀਗਾ। ਗਰਲਫ੍ਰੈਂਡ ਨੂੰ? ਹਾਂਜੀ। ਕਿਸ ਲਈ? ਮੌਕੇ ਨਹੀਂ ਮਿਲਿਆ ਜੀ, ਪਬਲਿਕ ਪਲੇਸ ਤੇ ਮਿਲਿਆ ਸੀ ਜੀ, ਪਿੰਡਾਂ ਦਾ ਬੱਸ ਅੱਡਾ ਹੀ ਮਿਲਦਾ ਜੀ ਬਸ ਕੱਲਾ। ਮਰ ਜਾਣਿਆ, ਮੈਂ ਉਸ ਕਿਸ ਦੀ ਗੱਲ ਨਹੀਂ ਕਰਦੀ। ਮੈਨੂੰ ਕੀ ਪਤਾ ਤੁਸੀਂ ਕਿਸ ਕਿਸ ਦੀ ਗੱਲ ਕਰਦੇ ਹੋ। ਤੂੰ ਮੈਨੂੰ ਇਹ ਦੱਸ, ਹਾਂਜੀ, ਤੂੰ ਪਰਸੋਂ ਕਿਉਂ ਨਹੀਂ ਆਇਆ? ਪਰਸੋਂ ਮੇਰੀ ਭੂਆ ਦੇ ਮੁੰਡੇ ਦਾ ਵਿਆਹ ਸੀਗਾ ਜੀ। ਨਾ ਤੇਰਾ ਵਿਆਹ ਬਾਰੇ ਕੀ ਵਿਚਾਰ ਹੈ? ਮੇਰੇ ਤਾਂ ਠੀਕ ਹੈ ਜੀ, ਤੁਸੀਂ ਆਪਣੇ ਘਰ ਦੇ ਨਾਲ ਗੱਲ ਕਰ ਲਓ ਜੀ। ਤੂੰ ਨਾ ਮੇਰੇ ਨੂੰ ਸਵਾਲਾਂ ਦੇ ਜਵਾਬ ਦੇ। ਜੀ ਮੈਂ ਤੈਨੂੰ ਕਹਾਂ ਕਿ ਤੈਨੂੰ ਮੱਝ ਤੇ ਅਕਲ ਚੋਂ ਇੱਕ ਚੀਜ਼ ਚੁਣਨੀ ਪਵੇ, ਤੂੰ ਕੀ ਚੁਣੇਗਾ? ਮੈਂ ਤਾਂ ਮੱਝ ਹੀ ਚੁਣੂਗਾ ਜੀ, ਦੁੱਧ ਪੀਣ ਨੂੰ ਮਿਲਦਾ। ਨਾ ਤੇਰੇ ਵਰਗੇ ਨਕੰਮਾ ਹੋਰ ਚੁਣ ਵੀ ਕੀ ਸਕਦਾ? ਜੇ ਤੂੰ ਇਹ ਗੱਲ ਮੈਨੂੰ ਪੁੱਛਦਾ ਨਾ, ਹਾਂਜੀ, ਮੈਂ ਤੇ ਅਕਲ ਚੁਣਦੀ। ਅਕਲ ਬੰਦਾ ਉਹੀ ਚੀਜ਼ ਚੁਣਦਾ ਜੀ ਜਿਹਦਾ ਘਾਟਾ ਹੁੰਦਾ ਜੀ। ਮੰਨ ਲਓ ਮੇਰੇ ਕੋਲ 100 ਕੰਬਲ ਨੇ। ਚਲੋ ਮੰਨ ਲੈਨੇ ਜੀ 100 ਕੰਬਲ, ਫਿਰ ਗਰੀਬਾਂ 'ਚ ਵੰਡ ਦਿਓ ਜੀ, ਜੀਰੇ ਵਰ ਕੇ ਵਿਚਾਰੇ ਹੀ। ਤੇ ਕਰਨ ਕੀ ਆਉਣਾ ਤੂੰ ਇੱਥੇ? ਮੈਂ ਤਾਂ ਪੜ੍ਹਾਈ ਕਰਨ ਆਉਣਾ ਜੀ, ਪਰ ਮੈਨੂੰ ਪੜ੍ਹਾਈ ਆਉਂਦੀ ਨਹੀਂ ਜੀ, ਮੈਂ ਕੀ ਕਰਾਂ? ਤੂੰ ਨਾ ਚੰਗਾ ਇਨਸਾਨ ਬਣ ਜਾ। ਉਰਾ ਗੱਲ ਸੁਣ ਮੈਡਮ ਜੀ, ਐ ਨਾ ਕਰੋ ਜੀ, ਮੇਰਾ ਨਾ ਪੜ੍ਹਾਈ 'ਚੋਂ ਮਨ ਭਟਕ ਜਾਂਦਾ ਜੀ। ਮਰ ਜਾਣਾ ਨਾ ਹੋਵੇ ਤਾਂ, ਉਹ ਤਾਂ ਭੁੱਲ ਗਈ। ਚੱਲ ਚੱਲ ਖੜਾ ਹੋ, ਛੇਤੀ ਕਰ, ਛੇਤੀ ਛੇਤੀ ਛੇਤੀ। ਮੁਰਗਾ ਬਣਾ ਜੀ? ਆਹੋ ਆਹੋ ਆਹੋ, ਚੱਲ ਚੱਲ ਚੱਲ। ਮੁਰਗਾ ਬਣਾ ਜੀ? ਆਹੋ। ਕਿਹੜਾ ਬਣਾ ਜੀ, ਤਰੀ ਵਾਲਾ ਬਣਾ ਜਾਂ ਸੁੱਕਾ ਹੀ ਬਣ ਜਾ? ਛੇਤੀ ਛੇਤੀ ਛੇਤੀ, ਮੁਰਗਾ ਬਣਾ। ਚੱਲ ਰਾਣਾ, ਮੈਨੂੰ ਐ ਦੱਸੋ, ਇੱਥੇ ਸਕੂਲ 'ਚ ਆਪਾਂ ਕਰਨ ਕੀ ਆਉਂਦੇ ਆ ਜੀ, ਐ ਦੱਸੋ? ਆਪਾਂ ਨੇ ਇੱਥੇ ਇਨਸਾਨ ਬਣਾਉਣੇ ਆ। ਫਿਰ ਤੁਸੀਂ ਮੁਰਗੇ ਬਣਾਈ ਜਾਂਦੇ ਜੀ, ਇਹ ਕੋਈ ਗੱਲ ਵਧੀਆ ਜੀ? ਨਾਲੇ ਅੱਜ ਕੱਲ ਤਿਹਾਰਾਂ ਦੇ ਦਿਨ ਨੇ ਜੀ, ਕੋਈ ਨਾ ਵੇਚ ਕੇ ਖਾ ਜੇ ਮੈਨੂੰ, ਤੜਕੇ ਨੂੰ ਰੂੜੀਆਂ ਤੇ ਬਾਂਗਾ ਦਿੰਦਾ ਫਿਰੂੰਗਾ ਜੀ ਮੈਂ ਤਾਂ। ਤੂੰ ਨਾ ਰੱਬ ਦੇ ਅੱਗੇ ਪ੍ਰਾਰਥਨਾ ਕਰ। ਹਾਂਜੀ, ਆਪਾਂ ਜਿਹੜੇ ਸੱਚੀ ਦਿਲੋਂ ਪ੍ਰਾਰਥਨਾ ਕਰੀਏ ਨਾ, ਹਾਂਜੀ, ਜ਼ਰੂਰ ਪੂਰੀ ਹੁੰਦੀ ਹੈ। ਇਹ ਨਹੀਂ ਹੁੰਦੀ ਜੀ ਪੂਰੀ, ਮੈਂ 20 ਵਾਰੀ ਕੀਤੀ ਹੈ ਜੀ। ਕਿਉਂ ਨਹੀਂ ਹੁੰਦੀ? ਜੇ ਪੂਰੀ ਹੋਈ ਹੁੰਦੀ ਨਾ ਜੀ, ਹਾਂ, ਫਿਰ ਤੁਹਾਡਾ ਤੇ ਮੇਰਾ ਵਿਆਹ 3 ਸਾਲ ਪਹਿਲਾਂ ਹੋਇਆ ਹੋਣਾ ਸੀਗਾ ਜੀ। ਮੇਰਾ ਬਹੁਤ ਦਿਮਾਗ ਖਰਾਬ ਹੋ ਗਿਆ। ਮੈਂ ਮੁਰਗਾ ਨਹੀਂ ਬਣ ਸਕਦਾ ਜੀ, ਇਹ ਤਾਂ ਘੁੱਗੀ ਭਾਜੀ ਉਹਨਾਂ ਦੇ ਬੇੜੇ ਦੇ ਗੱਲਾਂ ਨੇ ਜੀ, ਇਹ ਮੁਰਗਾ ਮੁਰਗਾ ਬਣਨਾ ਜੀ। ਤੂੰ ਹੋਰ ਕੀ ਬਣੇਗਾ? ਮੈਂ ਤਿੱਤਰ ਬਣ ਜਾ ਜੀ। ਹਾਂਜੀ, ਸੁਣ ਲਈ ਅੱਜ ਤੂੰ ਤਿੱਤਰ ਹੀ ਬਣ। ਚਲੋ ਬਣ ਗਿਆ ਜੀ ਫਿਰ।